ਵੀਰਾ, ਮੈਂ ਤੇਰਾ ਹੀ ਇੰਤਜ਼ਾਰ ਕਰ ਰਿਹਾ ਸੀ। ਇਸ ਲੇਡੀ ਨੂੰ ਹੋਸ਼ ਆ ਗਿਆ, ਨਾਓ ਯੂ ਕੈਨ ਟਾਕ ਟੂ ਹਰ। ਯੈਸ ਸਰ। ਸੁਮਨ ਜੀ, ਸੁਮਨ ਜੀ, ਉਸ ਦਿਨ ਕੀ ਹੋਇਆ ਸੀ? ਤੁਹਾਡੇ ਤੇ ਅਟੈਕ ਕਿਹਨੇ ਕੀਤਾ ਸੀ? ਉਹ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ। ਇੱਕ ਆਦਮੀ ਮੇਰੇ ਘਰ ਆਇਆ, ਅਚਾਨਕ ਹੀ ਉਹਨੇ ਮੇਰੇ ਤੇ ਅਟੈਕ ਕਰ ਦਿੱਤਾ। ਤੁਸੀਂ ਉਹਨੂੰ ਦੇਖਿਆ ਹੋਏਗਾ ਨਾ, ਤੁਸੀਂ ਉਹਨੂੰ ਪਛਾਣ ਸਕਦੇ ਹੋ? ਤੁਹਾਨੂੰ ਜੋ ਵੀ ਯਾਦ ਹੈ ਨਾ, ਪਲੀਜ਼ ਮੈਨੂੰ ਸਾਰਾ ਕੁਝ ਦੱਸ ਦਿਓ। ਉਹਦੇ ਦਾੜੀ ਸੀ, ਦੇਖਣ ਵਿੱਚੋਂ ਲੰਬਾ ਗੋਰਾ ਸੀ, ਤੇ ਉਹਨਾਂ ਦੀਆਂ ਅੱਖਾਂ ਮੋਟੀਆਂ ਸੀ। ਹਾਂ ਸੱਚ, ਉਹਨਾਂ ਨੇ ਨਾ ਜਦੋਂ ਮੇਰੇ 'ਤੇ ਅਟੈਕ ਕੀਤਾ, ਉਸ ਤੋਂ ਪਹਿਲਾਂ ਉਹਨਾਂ ਨੇ ਆਪਣਾ ਨਾਮ ਦੱਸਿਆ ਸੀ। ਵਟ, ਕੀ ਨਾਂ ਸੀ? ਮੇਰਾ ਨਾਮ ਰਾਣਾ ਹੈ ਜੀ। ਰਾਣਾ, ਏਜੰਟ ਆਰ ਵਿਸ਼ਾਲ, ਮੈਨੂੰ ਰਾਣਾ ਜਲਦੀ ਤੋਂ ਜਲਦੀ ਆਪਣੀ ਕਸਟਡੀ 'ਚ ਚਾਹੀਦਾ ਹੈ। ਯੈਸ ਮੈਮ। ਗੋ। ਸਰ, ਇਹ ਡੀ ਕੇ ਅਤੇ ਰਾਣਾ ਵਿਕਰਮ ਲਈ ਕੰਮ ਕਰਦੇ ਨੇ। ਇਹਨਾਂ ਦੇ ਨਾਮ ਵੂਮੈਨ ਟ੍ਰੈਫਿਕਿੰਗ ਵਿੱਚ ਵੀ ਇਨਵੋਲਵ ਨੇ। ਮਤਲਬ ਕਿ ਤੂੰ ਇਹ ਕਹਿਣਾ ਚਾਹੁੰਦੀ ਹੈ ਕਿ ਵਿਕਰਮ ਵੀ ਇਸ ਅਟੈਕ ਵਿੱਚ ਸ਼ਾਮਲ ਸੀ? ਦੇਖਿਆ ਜਾਏ ਤਾਂ ਸਾਰੇ ਡੋਟ ਕਨੈਕਟਡ ਹੀ ਨੇ, ਪਰ ਹਲੇ ਵੀ ਕੁਝ ਚੀਜ਼ਾਂ ਜੋ ਕਲੀਅਰ ਨਹੀਂ ਹੈ। ਇਹ ਜੋ ਕੋਈ ਵੀ ਹੈ ਨਾ, ਆਈ ਐਮ ਸ਼ੋਰ ਵੀਰਾ ਕਲੀਅਰ ਕਰ ਹੀ ਲਵੇਗੀ। ਸੋ ਬੈਸਟ ਆਫ ਲੱਕ। ਥੈਂਕ ਯੂ ਸਰ। ਓਕੇ। ਸੁਮਨ ਜੀ, ਅਟੈਕ ਤੋਂ ਪਹਿਲਾਂ ਮਲਹੋਤਰਾ ਉਹ ਤੁਸੀਂ ਸਰਿੰਜ ਡਿਲੀਵਰ ਕਰਨ ਗਏ ਸੀ ਨਾ? ਮੈਂ ਤੁਹਾਨੂੰ ਕੁਝ ਫੈਮਿਲੀ ਮੈਂਬਰ ਦੀ ਫੋਟੋ ਦਿਖਾ ਰਹੀ ਹਾਂ, ਤੁਸੀਂ ਦੇਖ ਕੇ ਪਹਿਚਾਣ ਸਕਦੇ ਹੋ ਕਿ ਕਿਹਨੇ ਸਰਿੰਜ ਲਿੱਤਾ ਸੀ? ਇਹੋ ਸੀ, ਇਹਨੂੰ ਡਿਲੀਵਰ ਕੀਤਾ ਸੀ ਪੈਕੇਜ। ਹੈਲੋ ਕਬੀਰ, ਮੇਰੀ ਗੱਲ ਸੁਣ ਧਿਆਨ ਨਾਲ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।